थाना रमदास अधीन आउंदे पिंड कुराली का एक नौजवान 30 तरीक दा घरों गायब सी, जिसकी लाश दो दिन बाद अजनाला दे एक पिंड तलवंडी भगवां तो मोटरसाइकिल सने मिली। इस बंदी लाश का पोस्टमार्टम करवाउण आए मृतक राजा के रिश्तेदार ने दस्सिया कि राजा 30 तरीक नूं घरों किसी काम लई बाहर निकलिया सी अते फिर घर नहीं पहुंचा, जिस बंदी उन्हां वल्लों पुलिस नूं सूचित किया गया सी। हुण दो दिन बाद पुलिस नूं राजे की लाश मोटरसाइकिल सने मिली। उन्हां कहा कि उन्हां नूं शक है कि राजे का किसी वल्लों कतल किया गया। जी परसों शाम का गया घरों, परसों शाम का 6 बजे का गया, तो अभी लभन डे कल नहीं लभ्या। हूँ रात का कित कोई सुट गया मार मूर के उत्ते तलवंडी मधू शंकर तलवंडी, जिन्हें सरपंच ने फोन किया सू कई गए तो फिर लाश लै गए। तुम शक है? नहीं भी शक नहीं जी कहे ਕੀ ਲੱਗਦਾ ਕਿਵੇਂ ਹੋਈ ਮੌਤ? ਕੋਲਡ ਟੇਲ ਨਿਕਲੀ ਇਹਨੂੰ, ਫੇਰ ਕੋਲਡ ਟੇਲ ਨਿਕਲੀ ਤੇ ਫੇਰ ਇਹਦੀ ਪਤਾ ਲੱਗਣਾ ਹੈ। ਥਾਣੇ ਰਿਪੋਰਟ ਕੀਤੀ ਜੀ। ਨਾਂ ਰਾਜਨ ਤੇ ਮੁੰਡੇ ਦਾ ਨਾਂ ਰਾਜਾ, ਮੇਰਾ ਭਰਾ ਹੈ ਉਦਾਂ ਤੇ ਮੇਰਾ ਯਾਰ ਵੀ। ਠੀਕ ਹੈ, ਇਹ ਪਰਸੋਂ ਸ਼ਾਮੀ 5 ਵਜੇ ਇਹਨੂੰ ਕਿੱਦਾਂ ਫੋਨ ਆਇਆ ਅਤੇ ਇਹ ਘਰੋਂ ਚਲ ਗਿਆ ਅਤੇ ਫਿਰ ਉਹ ਤੋਂ ਬਾਅਦ ਇਹ ਲਾਪਤਾ। ਕੱਲ੍ਹ ਹੀ ਇਹਨੂੰ ਬੜੀ ਕੋਸ਼ਿਸ਼ ਕੀਤੀ ਲੱਭਣ ਦੀ, ਲੱਭਦੇ ਰਹੇ ਉੱਧਰ ਵਾਲਾਂ ਵੱਲ। ਇਹਨੂੰ ਇੱਕ ਬੰਦੇ ਨੂੰ ਮਿਲਿਆ ਸੀ ਕੱਲ੍ਹ ਉੱਧਰ ਉੱਦਣ ਕਿਤੇ, ਅਤੇ ਉਹਨੂੰ ਆਪਾਂ ਬੜਾ ਪੁੱਛਿਆ ਆ ਅਤੇ ਉਹ ਕਹਿੰਦਾ ਵੀ ਮੇਰੇ ਕੋਲ ਚਲ ਗਿਆ ਇਹ। ਬਸ ਇੰਨਾ, ਕੱਲ੍ਹ ਹੀ ਇਹਨੂੰ ਸਾਰਾ ਦਿਹਾੜੀ ਲੱਭਦੇ ਰਹੇ, ਨਹੀਂ ਲੱਭਾ ਇਹ ਸ਼ਾਮਾਂ ਦਾ। ਕੀ ਲੱਗਦਾ ਕੀ ਮੌਤ ਦਾ ਕਾਰਨ ਕੀ ਹੋਊਗਾ? ਮੌਤ ਦਾ ਕਾਰਨ ਮੈਨੂੰ ਇਹੋ ਲੱਗਦਾ ਜੋ ਕਿ ਇਹਨੂੰ ਜਿਹਨੇ ਫੋਨ ਕੀਤਾ ਨਾ ਉਹ ਬੰਦੇ ਨੂੰ ਫੜਿਆ ਜਾਵੇ। ਪਾ ਲਿਆ ਜੀ ਆਪਣਾ ਨਰਮਨ ਸਿੰਘ ਦਾ ਬੇਟਾ, ਪਿੰਡ ਦਾ ਕਰਾਲੀਆਂ, ਅਤੇ ਇਹ ਗਿਆ ਸੀ 30 ਨੂੰ ਗਿਆ ਸੀ ਘਰੋਂ ਸ਼ਾਮਾਂ ਨੂੰ, ਇਹ ਘਰ ਨਹੀਂ ਆਇਆ, ਇਹਦੇ ਪਰਿਵਾਰ ਲੱਭਦਾ ਸੀ ਅਤੇ ਇਹਦੀ ਅੱਜ ਸਵੇਰੇ ਡੈੱਡ ਬੋਡੀ ਸਾਡੀ ਸਾਨੂੰ ਆਪਾਂ ਤਲਵੰਡੀ ਭਗਵਾਂ ਪਿੰਡ ਤੋਂ ਮਿਲੀ ਆ, ਅਤੇ ਉਹ ਅਸੀਂ ਅਜੇ ਫਿਲਹਾਲ 174 ਦੀ ਕਾਰਵਾਈ ਇਹਦੀ ਆ ਲਿਆਂਦੀ ਆ। ਗਾਂਹ ਜਿਹੜੀ ਕਾਰਵਾਈ ਆ ਉਹ ਗਾਂਹ ਜੋ ਅੱਗੋਂ ਸਾਨੂੰ ਮਿਲੂਗੀ ਤਿਥੀ ਹੋਊ ਫਿਰ ਉਹਦੇ ਮੁਤਾਬਕ ਚੱਲਾਂਗੇ। ਅਜਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ। ਜੇਕਰ ਤੁਸੀਂ ਦਰਦਰ ਦੀਆਂ ਠੋਕਰਾਂ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤਾਂ ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਮਹਾਕਾਲੀ ਜੋਤਿਸ਼ ਕੇਂਦਰ ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ। ਜੇਕਰ ਤੁਹਾਡਾ ਪਤੀ ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਘਬਰਾਓ ਨਾ, ਮਹਾਕਾਲੀ ਜੋਤਿਸ਼ ਕੇਂਦਰ ਕੋਲ ਆਓ ਅਤੇ ਆਪਣੀ ਹਰ ਸਮੱਸਿਆ ਤੋਂ ਛੁਟਕਾਰਾ ਪਾਓ। ਵਸ਼ੀਕਰਨ ਸਪੈਸ਼ਲਿਸਟ ਲਵ ਮੈਰਿਜ ਕੋਰਟ ਕਚਹਿਰੀ ਵਿੱਚ ਜਿੱਤ, ਵਿਦੇਸ਼ ਯਾਤਰਾ ਕਰਜ਼ੇ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਕਾਰੋਬਾਰ ਵਿੱਚ ਕਾਟਾ, ਲਾਟਰੀ ਨੰਬਰ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਦਿ ਹਰ ਸਮੱਸਿਆ ਦਾ ਹੱਲ 100% ਗਰੰਟੀ ਨਾਲ। ਤੁਸੀਂ ਰੋਂਦੇ ਹੋਏ ਆਓਗੇ ਅਤੇ ਹੱਸਦੇ ਹੋਏ ਜਾਓਗੇ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ, ਤਾਂ ਫਿਰ ਸੋਚਣਾ ਛੱਡੋ, ਅੱਜ ਹੀ ਆਓ ਮਹਾਕਾਲੀ ਜੋਤਿਸ਼ ਕੇਂਦਰ। ਮੋਬਾਈਲ ਨੰਬਰ 70079 48 870।